ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਟੈਂਪੂ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਪੁਲਿਸ ਦਾ ਰਿਜ਼ਲਟ ਆ ਚੁੱਕਾ ਹੈ ਸਭ ਤੋਂ ਪਹਿਲਾਂ ਉਹਨਾਂ ਸਾਰੇ ਆਪਣੇ ਸਟੂਡੈਂਟਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਜਿਨ੍ਹਾਂ ਦਾ ਨਾਮ ਲਿਸਟ ਵਿੱਚ ਆਇਆ ਹੈ ਹੁਣ ਗੱਲ ਕਰਦੇ ਹਾਂ ਕੱਟ ਨੰਬਰਾਂ ਵਾਲੀ ਜਿਹੜੇ ਸਟੂਡੈਂਟ ਹੈ ਉਹ ਨਿਰਾਸ਼ ਨਾ ਹੋਣ ਹਲੇ ਉਹਨਾਂ ਕੋਲ ਮੌਕਾ ਹੈਗਾ ਹੈ ਕੁਝ ਵੀ ਕਮੈਂਟ ਕਰਨ ਤੋਂ ਪਹਿਲਾਂ ਪੂਰੀ ਵੀਡੀਓ ਜਰੂਰ ਦੇਖਿਓ ਕਿ ਰਿਜ਼ਲਟ ਦੀ ਜਿਹੜੀ ਦੂਜੀ ਲਿਸਟ ਆਵੇਗੀ ਜਾਂ ਨਹੀਂ ਸਭ ਦੇ ਜਿਹੜੇ ਨੰਬਰ ਹੈ ਉਹ ਸ਼ੋ ਹੋਣੇ ਚਾਹੀਦੇ ਹਨ ਕਿ ਨਹੀਂ ਜਿਹੜੀ ਕੱਟਆਫ ਜਿਹੜੀ ਕਿੰਨੀ ਗਈ ਹੈ ਜਨਰਲ ਐ ਨਾਰਮਲਾਈਜੇਸ਼ਨ ਹੋਣ ਤੋਂ ਬਾਅਦ ਕਿਹੜੀ ਕਿਹੜੀ ਸ਼ਿਫਟ ਦੇ ਕਿੰਨੇ ਕਿੰਨੇ ਨੰਬਰ ਵਧੇ ਜਾਂ ਘਟੇ ਹਨ ਆਪਾਂ ਪੂਰੀ ਗੱਲ ਡਿਟੇਲ ਵਿੱਚ ਕਰਾਂਗੇ ਬਿਲਕੁਲ ਵੀ ਵੀਡੀਓ ਸਕਿਪ ਨਾ ਕਰੋ ਪੂਰੀ ਵੀਡੀਓ ਤੁਸੀਂ ਧਿਆਨ ਨਾਲ ਦੇਖਣੀ ਹੈ ਅਗਲੀ ਗੱਲ ਤੋਂ ਪਹਿਲਾਂ ਦੇਖੋ ਹੁਣ ਤੁਸੀਂ ਆਪਣੇ ਸਕਰੀਨ ਉੱਤੇ ਦੇਖ ਸਕਦੇ ਹੋ ਕਿ ਜਿਹੜਾ ਫਿਜ਼ੀਕਲ ਹੈ ਇਸ ਦਾ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਹੈ ਉਹ 3 12 2021 ਤੋਂ ਪੰਜਾਬ ਆਰਮਡ ਪੁਲਿਸ ਕੈਂਪਸ ਜਿਹੜਾ ਜਲੰਧਰ ਵਿਖੇ ਹੈ ਠੀਕ ਹੈ ਉੱਥੇ ਹੋਣ ਜਾ ਰਹੀ ਹੈ ਪੀਏਪੀ ਗਰਾਊਂਡ ਜਲੰਧਰ ਪੀਏਪੀ ਚੌਂਕ ਦੇ ਨਾਲ ਹੀ ਪੈਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਉੱਥੇ ਜਿਹੜੀ ਇਸ ਦੇ ਫਿਜ਼ੀਕਲ ਟੈਸਟ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਹੈ ਜਿਹੜਾ ਉਹ ਸਾਰਾ ਜਲੰਧਰ ਹੀ ਹੋਣਾ ਹੈ ਅਤੇ ਫਿਜ਼ੀਕਲ ਟੈਸਟ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਜਿਹੜੇ ਰੋਲ ਨੰਬਰ ਹੈ ਉਹ 29 11 ਤੋਂ ਜਿਹੜੇ ਤੁਹਾਡੇ ਨਿਕਲਣੇ ਸ਼ੁਰੂ ਹੋ ਜਾਣਗੇ 28 11 ਨੂੰ ਜਿਹੜੇ ਤੁਹਾਡੇ ਰੋਲ ਨੰਬਰ ਤੁਹਾਨੂੰ ਮਿਲ ਜਾਣਗੇ ਉਦੋਂ ਤੁਸੀਂ ਜਿਹੜੇ ਉਸ ਨੂੰ ਡਾਊਨਲੋਡ ਕਰ ਸਕਦੇ ਹੋ ਹੁਣ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਜਿਵੇਂ ਅਸੀਂ ਤੁਹਾਡੇ ਲਈ ਪੰਜਾਬ ਪੁਲਿਸ ਅਤੇ ਵਾਟ ਟੈਂਡਰਡ ਦੇ ਵਧੀਆ ਮੌਕ ਟੈਸਟ ਅਤੇ ਸਟੱਡੀ ਮਟੀਰੀਅਲ ਜਿਹੜਾ ਉਹ ਤਿਆਰ ਕੀਤਾ ਸੀ ਜਿਸ ਨਾਲ ਕਿ ਬਹੁਤ ਵਧੀਆ ਰਿਜ਼ਲਟ ਮਿਲੇ ਬਹੁਤ ਸਾਰੇ ਸਟੂਡੈਂਟਾਂ ਦੇ ਮੈਸੇਜ ਆ ਰਹੇ ਹਨ ਠੀਕ ਹੈ ਉਸੇ ਤਰ੍ਹਾਂ ਇਸੀ ਕਲਰਕ ਦੀ ਵੀ ਮੋਕ ਟੈਸਟ ਸੀਰੀਜ਼ ਤਿਆਰ ਕੀਤੀ ਹੈ ਪੰਜ ਮੋਕ ਟੈਸਟ ਜਿਹੜੇ ਪੰਜਾਬੀ ਪਾਸਬ ਵਿੱਚ ਤੁਹਾਨੂੰ ਮਿਲਣਗੇ ਤੇ ਦੋ ਮੋਕ ਟੈਸਟ ਇੰਗਲਿਸ਼ ਵਿੱਚ ਅਤੇ ਸਾਰਾ ਦਾ ਸਾਰਾ ਸਟੱਡੀ ਮਟੀਰੀਅਲ ਜਿਹੜਾ ਤੁਹਾਨੂੰ ਉਹ ਪੰਜਾਬੀ ਵਿੱਚ ਹੀ ਮਿਲੇਗਾ ਸਿਰਫ ਤੇ ਸਿਰਫ 249 ਰੁਪਏ ਵਿੱਚ ਸਟੱਡੀ ਮਟੀਰੀਅਲ ਜਿਹੜਾ ਸੂ ਜੀਕੇ ਪੰਜਾਬ ਜੀਕੇ ਠੀਕ ਹੈ ਪੰਜਾਬੀ ਗ੍ਰਾਮਰ ਇਹ ਹੋਣਗੇ ਮੈਥ ਤੇ ਰੀਜ਼ਨਿੰਗ ਤੁਹਾਨੂੰ ਖੁਦ ਪ੍ਰੈਕਟਿਸ ਕਰਨਾ ਪਵੇਗਾ ਇਹ ਸਾਰਾ ਸਟੱਡੀ ਮਟੀਰੀਅਲ ਜਿਹੜਾ ਤੁਸੀਂ ਨੰਬਰ ਦਿੱਤਾ ਹੋਇਆ ਸਕਰੀਨ ਉੱਤੇ 904181515272 ਨੰਬਰ ਉੱਤੇ WhatsApp ਕਰਕੇ PDF ਜਿਹੜੇ ਇਹ ਬਾਈ ਕਰ ਸਕਦੇ ਹੋ Paytm PhonePe ਜਾਂ Google Pay ਕਿਸੇ ਵੀ ਤਰ੍ਹਾਂ ਜਿਹੜੀ ਤੁਸੀਂ ਇਸ ਦੀ ਪੇਮੈਂਟ ਜਿਹੜੀ ਉਹ ਕਰ ਸਕਦੇ ਹੋ ਜਿਹਨਾਂ ਸਟੂਡੈਂਟ ਨੇ ਪੀਟਪੀਐਸਵੀ ਕਲਰਕ ਦਾ ਪੇਪਰ ਭਰਿਆ ਹੋ ਉਹ ਇਹ ਮੌਕ ਟੈਸਟ ਸਟੱਡੀ ਉਹ ਸੀਰੀਜ਼ ਜ਼ਰੂਰ ਲੈਣ ਕਿਉਂਕਿ ਇਹ ਬਹੁਤ ਵਧੀਆ ਤੁਹਾਡੇ ਲਈ ਰਹੇਗੀ ਤੁਹਾਡੇ ਬਹੁਤ ਵਧੀਆ ਨਤੀਜੇ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਪੇਪਰ ਦਾ ਟਾਈਮ ਬਹੁਤ ਥੋੜਾ ਰਹਿ ਗਿਆ ਹੈ ਇਸ ਕਰਕੇ ਜਰੂਰ 90 418 15 272 ਤੇ WhatsApp ਕਰਕੇ ਮੋਕ ਟੈਸਟ ਜਿਹੜੇ 54 ਹਨ ਉਹ ਜਰੂਰ ਲੈਣ ਠੀਕ ਹੈ ਪੰਜਾਬੀ ਵਿੱਚ ਜਿਹੜਾ ਸਟੱਡੀ ਮਟੀਰੀਅਲ ਤੁਹਾਨੂੰ ਸਾਰਾ ਸੀ ਪ੍ਰੋਵਾਈਡ ਕਰਵਾ ਰਹੇ ਹਾਂ ਦੇਖੋ ਸਭ ਤੋਂ ਪਹਿਲੀ ਗੱਲ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਦਾ ਜਿਹੜਾ ਰਿਜ਼ਲਟ ਉਹ ਆ ਚੁੱਕਿਆ ਹੈ ਪਹਿਲੀ ਗੱਲ ਤਾਂ ਆਪਾਂ ਚਲੋ ਇਸ ਨੂੰ ਨਕਾਰਦੇ ਨਹੀਂ ਕਿਉਂਕਿ ਬਹੁਤ ਸਾਰੇ ਸਟੂਡੈਂਟ ਐਦਾਂ ਦੇ ਹਨ ਜਿਨ੍ਹਾਂ ਨੇ ਮਤਲਬ ਕਿ ਪਟਵਾਰੀ ਦਾ ਪੇਪਰ ਦਿਆ ਸੀ ਪੰਜਾਬ ਪੁਲਿਸ ਸਰਵਿਸ ਇੰਸਪੈਕਟਰ ਦਾ ਪੇਪਰ ਦੇਣਾ ਸੀ ਹੋਰ ਹੌਲਦਾਰ ਦਾ ਪੇਪਰ ਦੇਣਾ ਸੀ ਉਹਨਾਂ ਸਾਰਿਆਂ ਨੇ ਜਿਹੜਾ ਕਾਂਸਟੇਬਲ ਦਾ ਪੇਪਰ ਦਿੱਤਾ ਹੈ ਇਸ ਕਰਕੇ ਕਾਫੀ ਸਟੂਡੈਂਟ ਹੋਣਗੇ ਕਿਉਂਕਿ ਇਸ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਸੀ ਇਸ ਕਰਕੇ ਕਾਫੀ ਸਟੂਡੈਂਟ ਹੋਣਗੇ ਜਿਨ੍ਹਾਂ ਦੇ 80 ਪਲੱਸ ਨੰਬਰ ਆ ਜਿਹੜੇ ਉਹ ਹੋ ਸਕਦੇ ਆ ਠੀਕ ਹੈ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਟੂਡੈਂਟ ਹੈ ਉਹ ਨਹੀਂ ਜਿਨ੍ਹਾਂ ਦੇ ਇੰਨੇ ਨੰਬਰ ਸੀਗੇ 80 ਪਲੱਸ ਇਹ ਗੱਲ ਮੈਂ ਸਿਰਫ ਉਹਨਾਂ ਸਟੂਡੈਂਟਾਂ ਲਈ ਕਹਿ ਰਿਹਾ ਜਿਹੜੇ ਕਹਿ ਰਹੇ ਹਨ ਕਿ ਇੰਨੇ ਨੰਬਰ ਨਹੀਂ ਹੋ ਸਕਦੇ ਕਿਉਂਕਿ ਸਟੂਡੈਂਟ 2-2 ਸਾਲਾਂ ਤੋਂ ਤਿਆਰੀ ਕਰ ਰਹੇ ਸੀ ਇੰਨੇ ਨੰਬਰ ਹੋ ਸਕਦੇ ਆ ਪਰੰਤੂ ਇੱਥੇ ਇੱਕ ਗੱਲ ਰਿ ਪੰਜਾਬ ਜੇਲ੍ਹ ਬਾਡਰ ਦਾ ਜਿਹੜਾ ਰਿਜ਼ਲਟ ਆਇਆ ਸੀ ਉਸ ਵਿੱਚ ਕੱਲੀ-ਕੱਲੀ ਗੱਲ ਕਲੀਅਰ ਸੀ ਕੀ ਨਾਮ ਸੀ ਕੀ ਰੋਲ ਨੰਬਰ ਸੀ ਕਿੰਨੇ ਨੰਬਰ ਨਾਰਮਲਾਈਜੇਸ਼ਨ ਤੋਂ ਪਹਿਲਾਂ ਆਏ ਸੀ ਕਿੰਨੇ ਨੰਬਰ ਨਾਰਮਲਾਈਜੇਸ਼ਨ ਤੋਂ ਬਾਅਦ ਆਏ ਕੀ ਕੈਟਾਗਰੀ ਹੈ ਠੀਕ ਹੈ ਇਸੇ ਤਰ੍ਹਾਂ ਹੀ ਇਸ ਦਾ ਵੀ ਜਿਹੜਾ ਰਿਜ਼ਲਟ ਹੈ ਉਹ ਐਦਾਂ ਆਉਣਾ ਚਾਹੀਦਾ ਹੈ ਹਰੇਕ ਸਟੂਡੈਂਟ ਜਿਨ੍ਹਾਂ ਨੇ ਪੇਪਰ ਦਿੱਤਾ ਉਹਨਾਂ ਨੂੰ ਕੱਲੇ-ਕੱਲੇ ਨੂੰ ਜਾਣਨ ਦਾ ਇਹ ਹੱਕ ਹੈ ਕਿ ਕੀ ਰੋਲ ਨੰਬਰ ਸੀ ਕਿਸੇ ਕਿਹੜੇ ਸਟੂਡੈਂਟ ਦਾ ਕਿੰਨਾ ਕੀ ਨਾਮ ਸੀ ਕਿੰਨੇ ਨੰਬਰ ਉਸ ਦੇ ਨਾਰਮਲਾਈਜੇਸ਼ਨ ਤੋਂ ਪਹਿਲਾਂ ਸਨ ਨਾਰਮਲਾਈਜੇਸ਼ਨ ਹੋਣ ਤੋਂ ਬਾਅਦ ਕਿੰਨੇ ਨੰਬਰ ਆਏ ਤੇ ਐਗਜੈਕਟ ਉਸ ਤੇ ਜਿਹੜਾ ਉਹਦਾ ਕੈਟੇਗਰੀ ਕੀ ਹੈ ਸਾਰੀ ਡਿਟੇਲ ਜਿਹੜੀ ਜਿਵੇਂ ਜਿਵੇਂ ਜੇਲ ਵਾਰਡਨ ਦਾ ਰਿਜ਼ਲਟ ਆਇਆ ਸੀ ਉਵੇਂ ਹੀ ਪੰਜਾਬ ਪੁਲਿਸ ਵਾਲਿਆਂ ਨੂੰ ਵੀ ਜਿਹੜਾ ਇਹ ਰਿਜ਼ਲਟ ਕਲੀਅਰ ਕਰਨਾ ਚਾਹੀਦਾ ਸੀ ਇਸ ਗੱਲ ਲਈ ਆਪਾਂ ਸਟੂਡੈਂਟਾਂ ਦੇ ਨਾਲ ਆ ਕਿ ਜਿਹੜਾ ਰਿਜ਼ਲਟ ਹੈ ਉਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਇਕੱਲੇ-ਇਕੱਲੇ ਦੇ ਨੰਬਰ ਜਿਹੜੇ ਸ਼ੋ ਹੋਣੇ ਚਾਹੀਦੇ ਹਨ ਠੀਕ ਹੈ ਪਰੰਤੂ ਆਪਾਂ ਇੱਥੇ ਗੱਲ ਨੂੰ ਨਕਾਰ ਵੀ ਨਹੀਂ ਸਕਦੇ ਕਿ 80+ ਨੰਬਰ ਹੋਏ ਨਹੀਂ ਸਕਦੇ ਬਹੁਤ ਸਾਰੇ ਸਟੂਡੈਂਟ ਹੈ ਦੋ-ਦੋ ਸਾਲਾਂ ਤੋਂ ਤਿਆਰੀ ਕਰ ਰਹੇ ਹਨ ਠੀਕ ਹੈ ਉਹਨਾਂ ਸਾਰੇ ਸਟੂਡੈਂਟਾਂ ਦੇ ਜਿਹੜੇ ਨੰਬਰ ਹੈ ਉਹ 80+ ਹੈਗੇ ਹਨ ਬਹੁਤ ਸਾਰੇ ਮਤਲਬ ਸਟੂਡੈਂਟ ਐਦਾਂ ਦੇ ਹੈਗੇ ਹਨ ਜਿਨ੍ਹਾਂ ਦੇ ਨੰਬਰ ਮਤਲਬ ਰੀਅਲ ਵਿੱਚ ਜਿਹੜੇ ਨੰਬਰ ਆਏ ਹਨ ਠੀਕ ਹੈ ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਇੱਥੇ ਬਿਲਕੁਲ ਕੋਈ ਕਪੜਾ ਨਹੀਂ ਹੋਇਆ ਹੈ ਤਾਂ ਉਹਨਾਂ ਨੂੰ ਰਿਜ਼ਲਟ ਚੰਨ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਸਾਰਿਆਂ ਦਾ ਰਿਜ਼ਲਟ ਜਿਹੜਾ ਪ੍ਰੋਪਰ ਸ਼ੋਅ ਕਰਨਾ ਚਾਹੀਦਾ ਹੈ ਕਿ ਕਿਹੜੇ ਸਟੂਡੈਂਟ ਚਾਹੇ ਕਿਸੇ ਸਟੂਡੈਂਟ ਦਾ ਇੱਕ ਨੰਬਰ ਵੀ ਆਇਆ ਹੈ ਉਹ ਵੀ ਉਹਨਾਂ ਨੂੰ ਪ੍ਰੋਪਰ ਸ਼ੋਅ ਕਰਨਾ ਚਾਹੀਦਾ ਹੈ ਕਿ ਇਹ ਸਟੂਡੈਂਟ ਦੇ ਐਨੇ ਨੰਬਰ ਹਨ ਠੀਕ ਹੈ ਹੁਣ ਕਰਦੇ ਹਾਂ ਦੂਜੀ ਗੱਲ ਜਿਨ੍ਹਾਂ ਦੇ ਨੰਬਰ ਕੱਟ ਆਏ ਹਨ ਉਹ ਕੱਟ ਨੰਬਰਾਂ ਵਾਲੇ ਇੱਥੇ ਦੇਖੋ ਨਿਰਾਸ਼ ਹੋਣ ਦੀ ਗੱਲ ਨਹੀਂ ਹੈ ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਮਾ ਜਿਹੜਾ ਕੱਲ ਰਿਜ਼ਲਟ ਆਇਆ ਹੈ ਉਸ ਵਿੱਚ ਟੋਟਲ ਇਹਨਾਂ ਨੇ ਤਕਰੀਬਨ 17k ਹਜ਼ਾਰ ਸ ਜਿਨ੍ਹਾਂ ਨੂੰ ਇਹਨਾਂ ਨੇ ਫਿਜ਼ੀਕਲ ਯਰ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਇਆ ਹੈ ਜੇਕਰ ਅਨੁਮਾਨ ਜਾ ਦੇਖੀ ਆਪਾਂ ਤਾਂ 42-4300 ਜਿਵੇਂ ਪੋਸਟਾਂ ਸੀ ਤਾਂ ਲਗਭਗ 5 ਗੁਣਾ ਦੇ ਤਕਰੀਬਨ ਇਹਨਾਂ ਨੇ ਸਟੂਡੈਂਟਾਂ ਨੂੰ ਜਿਹੜਾ ਬੁਲਾਇਆ ਹੈ ਜਿੰਨੇ ਵੀ ਸਟੂਡੈਂਟਾਂ ਨਾਲ ਮੇਰੀ ਹੁਣ ਤੱਕ ਗੱਲ ਹੋਈ ਹੈ ਉਸ ਤੋਂ ਇਹ ਲੱਗ ਰਿਹਾ ਹੈ ਕਿ ਲਗਭਗ ਜਿਵੇਂ ਆਪਾਂ ਜਨਰਲ ਕੈਟਾਗਰੀ ਦੀ ਮੰਨੀਏ ਤਾਂ ਜਿਹੜੇ ਮੁੰਡਿਆਂ ਦੀ ਐ 70 ਪਲੱਸ ਜਿਹੜੇ ਸਟੂਡੈਂਟ ਐ 70 ਪਲੱਸ ਨੰਬਰਾਂ ਜਿਹਨਾਂ ਸਟੂਡੈਂਟਾਂ ਦੇ ਲਗਭਗ ਉਹ ਬਲਾ ਲੈਗੇ ਹਨ ਪਰੰਤੂ ਇੱਥੇ ਜਿਵੇਂ ਕਿ ਕੁਝ ਸ਼ਿਫਟਾਂ ਵਿੱਚ ਜਿਹੜਾ ਪੇਪਰ ਸੌਖਾ ਸੀ ਕੁਝ ਸ਼ਿਫਟਾਂ ਵਿੱਚ ਸੌਖਾ ਸੀ ਇਸ ਕਰਕੇ ਕੁਝ ਸ਼ਿਫਟਾਂ ਵਾਲੇ ਜਿਹੇ ਹੋਣਗੇ ਜਿਨ੍ਹਾਂ ਦੇ 70 ਤੋਂ ਮਤਲਬ ਕਿ ਨੰਬਰ ਘਟ ਗਏ ਜਿਵੇਂ ਤੁਸੀਂ ਅਨੁਮਾਨ ਲਾਇਆ ਹੋਣਾ ਵੀ ਸਾਡੇ 70 ਨੰਬਰ ਬਣਦੇ ਆ ਠੀਕ ਹੈ ਨਾਰਮਲਾਈਜੇਸ਼ਨ ਤੋਂ ਬਾਅਦ ਜਿਹੜੇ ਕੁਝ ਸ਼ਿਫਟਾਂ ਵਿੱਚ ਜਿਹੜੇ ਨੰਬਰ ਐ ਉਹ 70 ਤੋਂ ਘਟ ਗਏ ਹੋਣਗੇ 2-4 ਨੰਬਰ ਅਤੇ ਕੁਝ ਸ਼ਿਫਟਾਂ ਵਿੱਚ 70 ਤੋਂ ਜਿਹੜੇ 2-4 ਨੰਬਰ ਵੱਧ ਗਏ ਆ ਗਿਆ ਹੈ ਨੰਬਰ ਅਤੇ ਕਿਸੇ 70 ਵਾਲੇ ਦਾ ਨੰਬਰ ਨਹੀਂ ਆਇਆ ਹੈ ਇਸ ਕਰਕੇ ਜਿਹੜਾ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਤੁਹਾਡਾ ਵੀ ਸਾਰਿਆਂ ਦਾ ਹੱਕ ਬਣਦਾ ਏ ਕਿ ਤੁਹਾਨੂੰ ਬਿਲਕੁਲ ਕਲੀਅਰ ਕੱਟ ਦੇਖਣ ਨੂੰ ਮਿਲੇ ਕਿ ਕਿੰਨੇ ਨੰਬਰ ਪੇਪਰ ਤੋਂ ਆਏ ਸੀਗੇ ਅਤੇ ਨਾਰਮਲਾਈਜੇਸ਼ਨ ਹੋਣ ਤੋਂ ਬਾਅਦ ਕਿੰਨੇ ਨੰਬਰ ਤੁਹਾਡੇ ਬਣਦੇ ਹਨ ਅਤੇ ਐਗਜੈਕਟ ਕੱਟ ਆਫ ਕੀ ਗਈ ਹੈ ਜਿਵੇਂ ਕਿ ਜਨਰਲ ਦੀ ਲਗਭਗ 70 ਜਿਨ੍ਹਾਂ ਦੇ ਮਤਲਬ ਪਹਿਲਾਂ 70 ਨੰਬਰ ਬਣਦੇ ਸੀਗੇ ਉਹ ਮੰਨ ਕੇ ਚੱਲੀ ਆਪਾਂ ਲਗਭਗ ਉਨੀ ਕ ਕੱਟ ਆਫ ਗਈ ਹੈ ਐਸੀ ਤਰ੍ਹਾਂ ਹੀ ਐਸਈ ਵੀਸੀ ਦੀ ਜਿਹੜੀ ਕੱਟ ਆਫ ਹੈ ਬੀਸੀ ਦੀ ਥੋੜੀ ਹਾਈ ਤਾਂ ਰੱਖ ਲੈਣੇ ਕਿਉਂਕਿ ਇਹੜੀ ਪਹਿਲੀ ਨਾਰਮਲ ਹੁੰਦੀ ਹੈ ਨਾ ਉਹਦੇ ਵਿੱਚ ਉਹ ਸੈਪਰੇਟ ਕੱਢ ਲੈਣੇ BC ਨੂੰ ਪਰੰਤੂ ਜਿਹੜੀ ਫਾਈਨਲ ਲਿਸਟ ਬਣੇਗੀ ਉੱਥੇ ਜਿਹੜਾ BC ਦਾ ਜਿਹੜਾ ਉਹ ਵਿੱਚ ਹੀ ਐਡ ਹੋਵੇਗਾ ਜਿਹੜਾ ਮੇਨ ਲਿਸਟ ਬਣੇਗੀ ਠੀਕ ਹੈ ਐਸੀ ਤਰ੍ਹਾਂ SC BC ਜਿਹੜੇ ਦੋ ਦੋ ਨੰਬਰ ਆਪਾਂ ਘਟਾ ਕੇ ਮੰਨੀਏ ਤਾਂ SC ਦਾ ਮੰਨ ਲਓ 68 60 ਨੰਬਰਾਂ ਤੱਕ ਵਾਲੇ ਚੱਕਲੇ ਹੋਣਗੇ ਠੀਕ ਹੈ SC RO ਉਸ ਤੋਂ ਵੀ ਘੱਟ SC MB ਉਸ ਤੋਂ ਵੀ ਘੱਟ ਠੀਕ ਹੈ ਐਦਾਂ ਦੋ ਦੋ ਤਿੰਨ ਤਿੰਨ ਨੰਬਰਾਂ ਦਾ ਜਿਹੜਾ ਫਰਕ ਇੱਥੇ ਰਿਹਾ ਹੈ ਪਰੰਤੂ ਦੇਖਣ ਵਾਲੀ ਗੱਲ ਇੱਥੇ ਇਹ ਹੈ ਕਿ ਰਿਜ਼ਲਟ ਜਿਹੜਾ ਕਲੀਅਰ ਨਾ ਹੋਣ ਕਰਕੇ ਕਿਸੇ ਵੀ ਸਟੂਡੈਂਟ ਨੂੰ ਮਤਲਬ ਕਿ ਰਿ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਫਿਜ਼ੀਕਲ ਕੈਨਸਲ ਨਹੀਂ ਕਰਨਾ ਫਿਜ਼ੀਕਲ ਕਰਾਓ ਠੀਕ ਹੈ ਪਰੰਤੂ ਸਾਰਿਆਂ ਦਾ ਰਿਜ਼ਲਟ ਕਲੀਅਰ ਦੱਸੋ ਤਾਂ ਕਿ ਸਾਰਿਆਂ ਨੂੰ ਆਪਣਾ ਆਪਣਾ ਨੰਬਰ ਦੇਖ ਹੋਣ ਸਭ ਨੂੰ ਪਤਾ ਲੱਗੇ ਕਿ ਰਿਜ਼ਲਟ ਵਿੱਚ ਤੁਹਾਡੇ ਕਿੰਨੇ ਨੰਬਰ ਆਏ ਹਨ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਕੱਟ ਨੰਬਰਾਂ ਵਾਲੇ ਸਟੂਡੈਂਟ ਹੈ ਉਹ ਇੱਥੇ ਨਿਰਾਸ਼ ਨਾ ਹੋਣ ਕਿਉਂਕਿ ਜਿਹੜੇ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਇੱਕ ਪੰਜਾਬ ਪੁਲਿਸ ਸਰਵਿਸ ਇੰਸਪੈਕਟਰ ਦੀਆਂ ਪੋਸਟਾਂ ਕੈਨਸਲ ਹੋਈਆਂ ਪੰਜਾਬ ਪੁਲਿਸ ਹੌਲਦਾਰ ਦਾ ਜਿਹੜਾ ਪੇਪਰ ਪੈਂਡਿੰਗ ਪਿਆ ਇਟਾਲੀਅਨਸ ਵਾਲਾ ਪੇਪਰ ਕੈਂਡਿੰਗ ਪਏ ਉਸ ਤੋਂ ਇਲਾਵਾ ਪਟਵਾਰੀ ਦੀ ਜੁਆਇਨਿੰਗ ਨਹੀਂ ਹੋਈ ਪੀਟਪੀਐਸਬੀ ਕਲਰਕ ਦੀ ਹੁਣੇ-ਹੁਣੇ ਜੁਆਇਨਿੰਗ ਹੋਈ ਹੈ ਇਹ ਜਿੰਨੇ ਵੀ ਸਟੂਡੈਂਟ ਇਹਨਾਂ ਵਿੱਚ ਜਿਹੜੇ ਪੇਪਰ ਇਹਨਾਂ ਨੇ ਦਿਆ ਨਾ ਉਹ ਸਾਰਿਆਂ ਨੇ ਕਨਸਟੇਬਲ ਦਾ ਪੇਪਰ ਵੀ ਜ਼ਰੂਰ ਦਿਆ ਹੋਗਾ ਕਿਉਂਕਿ ਕੋਈ ਵੀ ਇੱਕ ਐਸਪੀਰੈਂਟ ਜਿਹੜਾ ਤਿਆਰੀ ਕਰ ਰਿਹਾ ਉਹ ਕਦੇ ਵੀ ਕਿਸੇ ਤਰ੍ਹਾਂ ਦੀ ਵੀ ਜੌਬ ਛੱਡੇਗਾ ਨਹੀਂ ਸਪੈਸ਼ਲੀ ਪੰਜਾਬ ਪੁਲਿਸ ਦੀ ਜਿਹੜੀ ਕਿ ਤੁਹਾਨੂੰ ਪਤਾ ਹੀ ਹੈ 5 ਸਾਲ ਬਾਅਦ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਸਾਰੇ ਹੀ ਸਟੂਡੈਂਟਾਂ ਨੇ ਇਹ ਪੇਪਰ ਦਿਆ ਹੈ ਇਸ ਕਰਕੇ ਜਿਨ੍ਹਾਂ ਜਿਨ੍ਹਾਂ ਦੇ ਪਟਵਾਰੀ ਵਿੱਚ ਨ ਪੰਜਾਬ ਪੁਲਿਸ ਸਬ ਇੰਸਪੈਕਟਰ ਵਿੱਚ ਨੰਬਰ 1 ਸੀ ਇੰਟੈਲੀਜੈਂਸ ਅਸਿਸਟੈਂਟ ਉੱਥੇ ਨੰਬਰ 1 ਸੀ ਜਾਂ ਹੌਲਦਾਰ ਪੇਪਰ ਵਿੱਚ ਜਿਹੜੇ ਵਧੀਆ ਕਰ ਗੁਜ਼ਾਰੀ ਕਰਕੇ ਆਏ ਆ ਉਹ ਸਾਰੇ ਹੀ ਇੱਥੇ ਵੀ ਵੱਧ ਨੰਬਰਾਂ ਵਾਲੇ ਨੇ ਪਰ ਜ਼ਰੂਰੀ ਨਹੀਂ ਹੈ ਕਿ ਸਾਰੇ ਹੀ ਫਿਜ਼ੀਕਲ ਕਲੀਅਰ ਕਰਨਗੇ ਜਿਹੜੇ ਫਿਜ਼ੀਕਲ ਕਲੀਅਰ ਵੀ ਕਰ ਜਾਣਗੇ ਇੱਥੇ ਤੁਹਾਨੂੰ ਇਹੀ ਉਮੀਦ ਰੱਖਣੀ ਚਾਹੀਦੀ ਹੈ ਕਿ ਜਲਦੀ ਤੋਂ ਜਲਦੀ ਸਰਵਿਸ ਇੰਸਪੈਕਟਰ ਦਾ ਪੇਪਰ ਹੋ ਜਾਵੇ ਹੌਲਦਾਰ ਦਾ ਜਿਹੜਾ ਰਿਜ਼ਲਟ ਜਲਦੀ ਤੋਂ ਜਲਦੀ ਆ ਜਾਵੇ ਜਿਵੇਂ ਕਲਰਕ ਵਾਲਿਆਂ ਦੀ ਪੀ ਪੀਐਸਸੀ ਵੀ ਜਿਹੜੇ ਕੋਆਪਰੇਟਿਵ ਕਲਰਕ ਦੀ ਜੁਆਇਨਿੰਗ ਹੋਗੀ ਉਸੇ ਤਰ੍ਹਾਂ ਪਟਵਾਰੀ ਦੀ ਵੀ फटाफट ਜੁਆਇਨਿੰਗ ਹੋ ਜਾਵੇ ਤਾਂ ਕਿ ਜਿਹੜੀ ਉੱਪਰਲੇ ਉੱਪਰਲੇ ਸਟੂਡੈਂਟ ਜਿਨ੍ਹਾਂ ਦੇ ਵੱਧ ਨੰਬਰ ਹਨ ਉਹ ਪੰਜਾਬ ਪੁਲਿਸ ਵਿੱਚ ਵੀ 100% 80 ਪਲੱਸ ਵਾਲੇ ਹੀ ਹੋਣਗੇ ਕਿਉਂਕਿ ਇੱਥੇ ਜਿਹੜੀ ਨੈਗੇਟਿਵ ਮਾਰਕਿੰਗ ਨਹੀਂ ਸੀ ਉਹ ਸਾਰੇ ਸਟੂਡੈਂਟ ਜਿਹੜੇ ਉਹ ਮਤਲਬ ਪਹਿਲਾਂ ਹੀ ਹੋਰ ਜੋਬਾਂ ਉੱਤੇ ਸੈੱਟ ਹੋ ਜਾਣਗੇ ਤਾਂ ਹੇਠਲੇ ਨੂੰ ਪਾ ਜਿਹੜਾ ਮਿਲ ਜਾਵੇਗਾ ਠੀਕ ਹੈ ਇਸ ਕਰਕੇ ਤੁਸੀਂ ਨਿਰਾਸ਼ ਨਾ ਹੋਵੋ ਕਿ 70 ਪਲੱਸ ਤੋਂ ਉੱਪਰ ਲੈਣਾ ਦਾ ਹੀ ਨੰਬਰ ਆਇਆ ਹੈ 80 ਦਾ ਨੰਬਰ ਨਹੀਂ ਆਇਆ ਜੇਕਰ ਬਾਕੀਆਂ ਦੇ ਰਿਜ਼ਲਟ ਫਟਾਫਟ ਹੋ ਜਾਂਦੇ ਆ 500 ਪੋਸਟਾਂ ਦੇਕਰ ਸਬ ਇੰਸਪੈਕਟਰ ਦਾ ਪੇਪਰ ਜਲਦੀ ਹੋ ਜਾਂਦਾ ਹੈ 800 ਪੋਸਟ ਸੋਲਡਰ ਜਿਨ੍ਹਾਂ ਨੇ ਹੌਲਦਾਰ ਦਾ ਪੇਪਰ ਭਰਿਆ ਹੋਊਗਾ ਡੈਫੀਨੇਟਲੀ ਉਹਨਾਂ ਨੇ ਇੱਕ ਕਾਂਸਟੇਬਲ ਦਾ ਹੀ ਭਰਿਆ ਹੋਊਗਾ ਜੇ ਉਹ 800 ਪੋਸਟ ਉੱਪਰੋਂ ਨਿਕਲਦੀ ਤਾਂ ਦੇਖ ਲਓ ਕਿੰਨਾ ਹੇਠ ਹੈ ਹੇਠਾ ਜਿਹੜਾ ਗੈਪ ਆ ਜਾਣਾ ਇਸ ਤੋਂ ਇਲਾਵਾ ਪਟਵਾਰੀ ਦੇ 1100 ਹੈ ਇਸ ਕਰਕੇ ਪਟਵਾਰੀ ਜਿਹੜੇ 1100 ਹਜੇ ਉਹ ਪਹਿਲਾਂ ਜੁਆਇਨ ਕਰ ਲੈਣ ਇਸ ਤਰ੍ਹਾਂ ਕਿ ਤੁਹਾਨੂੰ ਵੱਧ ਤੋਂ ਵੱਧ ਹੰਪੜੇ ਮਾਰਨੇ ਚਾਹੀਦੇ ਕਿ ਬਾਕੀ ਭਰਤੀਆਂ ਦੀ ਪਹਿਲਾਂ ਜੁਆਇਨਿੰਗ ਜਿਹੜੀ ਹੋ ਜਾਵੇ ਤਾਂ ਕਿ ਜਿਹੜੀਆਂ ਇਹ ਵੈਕੈਂਸੀਆਂ ਨਿਕਲੀਆਂ ਨੇ ਇਹ ਖਾਲੀ ਨਾ ਰਹਿ ਜਾਣ ਕਿਤੇ ਐਦਾਂ ਨਾ ਹੋਵੇ ਕਿ ਇੱਕ ਇੱਕ ਸਟੂਡੈਂਟ ਹੈ ਜਿਹੜਾ ਉਹ ਪਟਵਾਰੀ ਚ ਵੀ ਮਤਲਬ ਕਿ ਉਹਦਾ ਨੰਬਰ ਆਇਆ ਹੋਵੇ ਸਰਵਿਸ ਇੰਸਪੈਕਟਰ ਚ ਵੀ ਹੌਲਦਾਰ ਚ ਵੀ ਇੱਧਰ ਕਾਂਸਟੇਬਲ ਚ ਵੀ ਜੁਆਇਨ ਤੇ ਇੱਕ ਇੱਕ ਕਰੂਗਾ ਨਾ ਜੁਆਇਨ ਤਾਂ ਸਾਰੇ ਪਾਸੇ ਨਹੀਂ ਕਰ ਸਕਦਾ ਠੀਕ ਹੈ ਇਸ ਕਰਕੇ ਜਿਹੜੀਆਂ ਜੇਕਰ ਉਹ ਮਤਲਬ ਸਾਰੇ ਪਾਸੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਠੀਕ ਹੈ ਫਿਰ ਸਾਰੀਆਂ ਪੋਸਟਾਂ ਇੰਡੀਆ ਉਹ ਖਾਲੀ ਰਹਿ ਜਣੀਆਂ ਇਸ ਕਰਕੇ ਪਹਿਲਾਂ ਇਹ ਹਿੰਮਤ ਮਾਰਨੀ ਚਾਹੀਦੀ ਹੈ ਕਿ ਸਾਰੀਆਂ ਪੋਸਟਾਂ ਜਿਹੜਾ ਰਿਜ਼ਲਟ ਫਟਾਫਟ ਜਿਹੜਾ ਸਰਕਾਰ ਕੱਢੇ ਇਹਨਾਂ ਤਾਂ ਨਹੀਂ ਹੋਇਆ ਜਿਨ੍ਹਾਂ ਦੇ ਪੇਪਰ ਰਹਿੰਦੇ ਹਨ ਉਹ ਵੀ ਪੇਪਰ ਫਟਾਫਟ ਲਵੇ ਤਾਂ ਕਿ ਜਿਹੜਾ ਵੀ ਸਟੂਡੈਂਟ ਜੋ ਵਧੀਆ ਚਲੋ ਜਿਹਨੇ ਮਿਹਨਤ ਕੀਤੀ ਹੋਈ ਹੈ ਸਾਰੇ ਪਾਸੇ ਸਿਲੈਕਟ ਹੋਇਆ ਹੈ ਉਹ ਆਪਣਾ ਫਟਾਫਟ ਕੋਈ ਇੱਕ ਜਿਹੜੀ ਸੀਟ ਹੈ ਉਹ ਜੁਆਇਨ ਕਰ ਲਵੇ ਅਤੇ ਬਾਕੀ ਸਟੂਡੈਂਟਾਂ ਨੂੰ ਹੋਟਾ ਹੋਰ ਮੌਕਾ ਹੁਣ ਰਹੀ ਗੱਲ ਦੂਜੀ ਹੁਣ ਇੱਥੇ ਇਹ ਵੀ ਨਹੀਂ ਹੈ ਕਿ ਸਾਰੇ ਸਟੂਡੈਂਟ ਜਿਹੜੇ 80 ਪਲੱਸ ਵਾਲੇ ਹੋਣਗੇ ਫਿਜ਼ੀਕ ਪੂਰੇ ਉਹਦੇ ਨਾਲ ਕਹਿ ਰਹੇ ਹਾਂ ਕਿ 100% ਇਹ ਲਗਭਗ ਹੈ ਕਿ ਜਿਹੜੀ ਦੂਜੀ ਲਿਸਟ ਇਸ ਦੀ ਜਰੂਰ ਜਾਰੀ ਹੋਵੇਗੀ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ 17000 ਵਿੱਚੋਂ ਤਕਰੀਬਨ 4000 ਸਟੂਡੈਂਟ ਇਹ ਕੱਢ ਪਾਉਣਗੇ ਜਿਹੜੇ ਕਿ ਫਿਜ਼ੀਕਲ ਕਲੀਅਰ ਕਰ ਜਾਣਗੇ ਕਿਉਂਕਿ ਜਿੰਨੇ ਵੀ ਪੜਨ ਵਾਲੇ ਸਟੂਡੈਂਟ ਹਨ ਉਹਨਾਂ ਦਾ ਪੜਾਈ ਤੇ ਜ਼ਿਆਦਾ ਧਿਆਨ ਸੀ ਉਹਨਾਂ ਨੇ ਹੋਰ ਪੀਪਰ ਭਰੇ ਹੋਏ ਨੇ ਉਹ ਕੱਲਾ ਪੰਜਾਬ ਪੁਲਿਸ ਦੀ ਭਰਤੀ ਤੇ ਫੋਕਸ ਨਹੀਂ ਕਰਨ ਹਾਂ ਉਹਨਾਂ ਨੇ ਇਗਜ਼ਾਮ ਦਿਆ ਹੈ ਠੀਕ ਹੈ ਉਹਨਾਂ ਦੇ ਨੰਬਰ ਹੀ ਵੱਧ ਆਏ ਹਨ ਤਾਂ ਕਰਕੇ ਉਹਨਾਂ ਨੂੰ ਫਿਜ਼ੀਕਲੀ ਵੀ ਬੁਲਾਇਆ ਜਾ ਰਿਹਾ ਪਰੰਤੂ ਇਹ ਜ਼ਰੂਰੀ ਨਹੀਂ ਕਿ ਸਾਰੇ ਹੀ ਫਿਜ਼ ਬਹੁਤ ਕਟ ਸਟੂਡੈਂਟ ਹੋਣਗੇ ਜਿਹੜਾਂ ਦੇ ਨੰਬਰ ਵੀ ਜ਼ਿਆਦਾ ਨੇ ਤੇ ਫਿਜ਼ੀਕਲ ਵੀ ਕਲੀਅਰ ਕਰਨਗੇ ਬਸ ਇੱਥੇ ਇਹ ਦਿੱਕਤ ਹੈ ਕਿ ਤੁਹਾਨੂੰ ਫਿਜ਼ੀਕਲੀ ਨਾ ਟਾਈਮ ਬਹੁਤ ਮਿਲ ਗਿਆ ਜਿਹੜਾ ਇਹ ਟਾਈਮ ਬਹੁਤ ਮਿਲਣ ਵਜ੍ਹਾ ਕਰਕੇ ਜਿਹੜੇ ਸਟੂਡੈਂਟ ਜ਼ਿਆਦਾ ਨੰਬਰ ਹੈ ਮੈਂ ਉਹਨਾਂ ਦੇ ਲਈ ਕੋਈ ਮਤਲਬ 네ਗੇਟਿਵ ਨਹੀਂ ਕਹਿ ਰਿਹਾ ਜਿਹੜੇ ਸਟੂਡੈਂਟ ਹੈ ਜਿਆਦਾ ਨੰਬਰ ਹੈ ਉਹਨਾਂ ਨੇ ਤਾਂ ਡੈਫੀਨਿਟਲੀ ਜੌਬ ਮਿਲੇ ਜਾਣੀ ਹੈ ਇੱਥੇ ਨਹੀਂ ਹੋਇਆ ਪਟਵਾਰੀ ਜੁਆਇਨ ਕਰ ਲੈਣਾ ਉਹਨਾਂ ਨੇ ਹੌਲਦਾਰ ਜੁਆਇਨ ਕਰ ਜਾਣਾ ਸਬ ਇੰਸਪੈਕਟਰ ਜੁਆਇਨ ਕਰ ਜਾਣਾ ਠੀਕ ਹੈ ਮੈਂ ਸਿਰਫ ਉਹਨਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਦੇ ਘੱਟ ਨੰਬਰ ਹੈ ਜੇਕਰ ਮਤਲਬ ਕਿ ਟਾਈਮ ਘੱਟ ਮਿਲਦਾ ਤਾਂ ਉਹਨਾਂ ਨੂੰ ਜਿਆਦਾ ਬੈਨੀਫਿਟ ਹੋਣਾ ਸੀ ਹੁਣ ਥੋੜਾ ਜਿਹਾ ਬੈਨੀਫਿਟ ਇਸ ਗੱਲ ਦਾ ਉਹਨਾਂ ਨੂੰ ਹੋ ਗਿਆ ਹੈ ਜਿਹੜਾ ਨੂੰ ਮਤਲਬ ਕਿ ਨੰਬਰ ਜ਼ਿਆਦਾ ਹੈ ਉਹਨਾਂ ਨੂੰ ਟਾਈਮ ਮਿਲ ਗਿਆ ਥੋੜਾ ਫਿਜ਼ੀਕਲ ਕਲੀਅਰ ਕਰਨ ਦਾ ਪਰੰਤੂ ਫੇਰ ਵੀ ਇੱਥੇ ਇਹ ਨਹੀਂ ਹੈ ਸਾਰੇ ਹੀ ਜਿਹੜੇ ਫਿਜ਼ੀਕਲ ਹੈ ਉਹ ਕਲੀਅਰ ਕਰ ਜਾਣਗੇ ਬਹੁਤ ਸਾਰੇ ਸਟੂਡੈਂਟ ਹੋਣਗੇ ਜਿਹੜੇ ਫਿਜ਼ੀਕਲ ਦੇਣ ਹੀ ਨਹੀਂ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਦੀ ਕਿਤੇ ਹੋਰ ਪਾਸੇ ਜਿਵੇਂ ਪਟਵਾਰੀ ਦਾ ਜਿੱਦਾਂ ਕਲੀਅਰ ਹੈ ਸਭ ਨੂੰ ਪਤਾ ਹੈ ਹੈ ਕਲਰਕ ਵਿੱਚ ਜੁਆਇਨ ਕਰ ਗਏ ਜਿਹੜਾ ਠੀਕ ਹੈ ਉਹ ਇੱਥੇ ਫਿਜ਼ੀਕਲ ਜਿਹੜਾ ਬਹੁਤ ਘੱਟ ਦੇਣ ਹੀ ਨਹੀਂ ਜਾਣਗੇ ਸਿਰਫ ਉਹ ਦੇਣ ਜਾਣਗੇ ਜਿਨ੍ਹਾਂ ਨੂੰ ਪਤਾ ਕਿ ਅਸੀਂ ਫਿਜ਼ੀਕਲ ਕਲੀਅਰ ਕਰ ਸਕਦੇ ਹਾਂ ਠੀਕ ਹੈ ਉਹ ਵੀ ਮਤਲਬ ਕਿ ਬਹੁਤ ਕਾਟ ਸਟੂਡੈਂਟ ਹੋਣਗੇ ਜਿਹੜੇ ਮਤਲਬ ਕਿ ਫਿਜ਼ੀਕਲ ਤੁਹਾਨੂੰ ਪਤਾ ਇਹਨਾਂ ਸੌਖਾ ਨਹੀਂ ਸੀ ਕਿ ਕਲੀਅਰ ਕਰ ਸਕਦੇ ਉਸ ਤੋਂ ਇਲਾਵਾ ਇੱਕ ਹੱਲ ਹੋਰ ਪਲੱਸ 2 ਵਾਲੇ ਬਹੁਤ ਸਾਰੇ ਸਟੂਡੈਂਟ ਇਹੋ ਜਿਹੇ ਹਨ ਜਿਹੜੇ ਕਿ ਜੇਲ ਬਾਰਡਰ ਦਾ ਕੁਆਲੀਫਾਈ ਕਰ ਗਏ ਠੀਕ ਹੈ ਜੇਲ ਬਾਰਡਰ ਦਾ ਉਹਦਾ ਫਿਜ਼ੀਕਲ ਕਲੀਅਰ ਹੋ ਗਿਆ ਜਿਹੜੇ ਜੇਲ ਬਾਰਡਰ ਦਾ ਫਿਜ਼ੀਕਲ ਕਲੀਅਰ ਕਰ ਗਏ ਇਟ ਮੀਨਸ ਕਿ ਉਹ 100% ਪੰਜਾਬ ਪੁਲਿਸ ਦਾ ਫਿਜ਼ੀਕਲ ਵੀ ਕਲੀਅਰ ਕਰਨ ਯੋਗ ਸੀਗੇ ਅਤੇ ਇਟ ਮੀਨਸ ਕਿ ਉਹਨਾਂ ਦੇ ਪੰਜਾਬ ਪੁਲਿਸ ਵਿੱਚ ਵੀ ਵਧੀਆ ਨੰਬਰ ਹੋਣਗੇ ਠੀਕ ਹੈ ਜਿਹੜੇ ਜੇਲ ਬਾਰਡਰ ਵਿੱਚ ਮਤਲਬ ਕਿ ਪੰਜਾਬ ਪੁਲਿਸ ਦਾ ਬਈ ਵੀ ਬਹੁਤ ਸੌਖਾ ਸੀ ਉਸ ਨਾਲੋਂ ਠੀਕ ਹੈ ਇਸ ਕਰਕੇ ਉਹ ਜਿਹੜੇ ਫਟਾਫਟ ਜੇਕਰ ਜੇਲ੍ਹ ਵਾਰਡਰ ਦੀ ਜੁਆਇਨਿੰਗ ਹੋ ਜਾਂਦੀ ਹੈ ਤਾਂ ਕਿੰਨੇ ਸਟੂਡੈਂਟ ਉਹ ਘਟ ਜਾਣਗੇ ਇਸ ਕਰਕੇ ਘੱਟ ਨੰਬਰਾਂ ਵਾਲੇ ਸਟੂਡੈਂਟ ਨਿਰਾਸ਼ ਨਾ ਹੋਵੋ ਮੈਰਿਟ ਡੈਫੀਨੇਟਲੀ ਥੱਲੇ ਆਵੇਗੀ ਇਹ ਤਾਂ ਹਲੇ ਸਿਰਫ ਉਹਨਾਂ ਨੇ ਪਹਿਲੀ ਵਾਰ ਬੁਲਾਇਆ ਹੈ ਕਿਉਂਕਿ ਜੇ ਆਪਾਂ ਇਦਾਂ ਮੰਨ ਲੈਂਦੇ ਕਿ ਸਿਰਫ ਇੱਕੇ ਭਰਤੀ ਹੋ ਰਹੀ ਹੈ ਪੰਜਾਬ ਪੁਲਿਸ ਦੀ ਠੀਕ ਹੈ ਫਿਰ ਆਪਾਂ ਮੰਨ ਲੈਂਦੇ ਵੀ ਬਈ ਸਾਰਿਆਂ ਨੇ ਪੂਰਾ ਫੋਕਸ ਕਰਨਾ ਤਾਂ ਮਿਹਨਤ ਕਰਨੀ ਤੇ ਜ਼ੋਰ ਦੇਣਾ ਤਾਂ ਵੀ ਫਿਜ਼ੀਕਲ ਕਲੀਅਰ ਕਰੀਏ ਹੁਣ ਇੰਨੀਆਂ ਭਰਤੀਆਂ ਚੱਲ ਰ ਪਟਵਾਰੀ ਦੀ ਫਿਜ਼ੀਕਲ ਸੌਰੀ ਪਟਵਾਰੀ ਦਾ ਉਸ ਤੋਂ ਬਾਅਦ ਜੇਲ ਬਾਰਡਰ ਦੀ ਹੋਰ ਕਿੰਨੀਆਂ ਭਰਤੀਆਂ ਚੱਲ ਰਹੀਆਂ ਸਾਰੇ ਸਟੂਡੈਂਟ ਵੱਖ-ਵੱਖੋ-ਵੱਖਰੇ ਪੇਪਰਾਂ ਤੇ ਫੋਕਸ ਕਰ ਰਹੇ ਨੇ ਠੀਕ ਹੈ ਇਹ ਨਹੀਂ ਕਿ ਹਰੇਕ ਕੋਈ ਸਟੂਡੈਂਟ ਪੰਜਾਬ ਪੁਲਿਸ ਦੀ ਭਰਤੀ ਉੱਤੇ ਹੀ ਹੈ ਠੀਕ ਹੈ ਇਸ ਕਰਕੇ ਜਿੰਨੇ ਵੀ ਇਹ ਜਿਹੜੇ ਸਟੂਡੈਂਟ ਹੈ ਜੇ ਸਾਰੇ ਦੇ ਰਿਜ਼ਲਟ ਡਾਕੂਮੈਂਟ ਵੈਰੀਫਿਕੇਸ਼ਨ ਕਲੀਅਰ ਹੋ ਜਾਵੇ ਤੇ ਸਾਰੇ ਸਟੂਡੈਂਟ ਜਿਹੜੇ ਆਪਣੀ ਆਪਣੀ ਸੀਟਾਂ ਤੇ ਜੁਆਇਨ ਕਰ ਜਾਣ ਤਾਂ ਡੈਫੀਨੇਟਲੀ ਜਿਹੜੀ ਇਹ ਮੈਰਿਟ ਹੀਠਾਂ ਆਵੇਗੀ ਇਸ ਤੋਂ ਇਲਾਵਾ ਜਿਹੜੇ ਤੁਹਾਨੂੰ ਪਤਾ ਹੀ ਹੈ ਕਿ ਫਿਰ ਹੋਰ ਜਿਹੜੀ ਮੈਰਿਟ ਲਿਸਟ ਹੈ ਜਿਹੜੀ ਇਸ ਦੀ ਇੱਕ ਹੋਰ ਜਾਰੀ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਇਸ ਤੋਂ ਇਲਾਵਾ ਬਾਕੀ ਤੁਸੀਂ ਐਫਰਟ ਕਰੋ ਜਿੰਨਾ ਵੀ ਹੋ ਸਕਦਾ ਕਿਸੇ ਵੱਲੋਂ ਵੀ ਕਿ ਇਹ ਪੋਸੀਬਲ ਹੋ ਸਕੇ ਕਿ ਜਿਹੜਾ ਰਿਜ਼ਲਟ ਹੈ ਉਹ ਕਲੀਅਰ ਸਾਨੂੰ ਦੇਖਣ ਨੂੰ ਮਿਲੇ ਸਾਰਿਆਂ ਦੇ ਨੰਬਰ ਜਿਵੇਂ ਜ਼ੀਰੋ ਬਾਦਰ ਦਾ ਰਿਜ਼ਲਟ ਆਇਆ ਸੀ ਉਵੇਂ ਹੀ ਸਾਨੂੰ ਦੇਖਣ ਨੂੰ ਮਿਲੇ ਇਸ ਬੰਦ ਦੀ ਕੋਈ ਹੋਰ ਅਪਡੇਟ ਆਉਂਦਾ ਸੀ ਤੁਹਾਨੂੰ ਨਾਲ ਦੀ ਨਾਲ ਅਪਡੇਟ ਕਰਾਂਗੇ ਸਾਡੇ ਟੈਲੀਗ੍ਰam ਤੇ ਇੰਸਟਾਗ੍ਰam ਡਿਸਕ੍ਰਿਪਸ਼ਨ ਬਾਕਸ ਦਿੱਤਾ ਹੋਇਆ ਉਹਨੂੰ ਜੁਆਇਨ ਕਰ ਲਵੋ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੇਕਰ ਵਧੀਆ ਲੱਗਦੀ ਹੈ ਸਾਰੇ ਨਾਲ ਸ਼ੇਅਰ ਕਰੋ ਤਾਂ ਕਿ ਕੋਈ ਵੀ ਨ